शहीद सरमाया हुंदे कौमां दा जिंद देश दे लेखे ला जांदे। लोक रखदे ने याद शहीदां नूं जो उहनां दे लई अपना आप लुटा जांदे। बीते दिन मोगा दे पिंड लंगेआणा दे विच मिग 21 लड़ाकू जहाज़ हादसाग्रस्त होया सी, जिस दे विच एक पायलट शहीद हो गया। इस पायलट नूं पिंड दे लोक अपने पद्धर दे उत्ते शरधांजलि देणगे, क्योंकि इस शहीद ने पिंड दे लोकां ते बड़ा वड्डा एहसान कीता है। देखो एक खास रिपोर्ट। उस पायलट ने, ठीक है, साडा कोई रिश्ता तो नहीं सी, सानूं ऐ लगदा रिश्ता सी, जदों कि पायलट लंघिया नवा ते लंघिया ना पुराना दी हद, ते उहनूं दोन्हें पिंड बचा के उहने जाके आपदी जान नूं खतरे विच पा के ते उहने आपदे साडे पिंड लोकां दी जान बचाई। उहदी सारा पिंड साडे नूं बचा के उहने आपदी जान कुर्बान करती है। ਸਾਡੇ ਪਿੰਡ ਦੇ ਵਿੱਚ ਸਾਰੇ ਪਿੰਡ ਨੂੰ ਤਬਾਹ ਕਰ ਦਿੰਦਾ ਜੇ ਉਹ ਆਪ ਇੰਨੀ ਸੋਚ ਨਾ ਕਰਦਾ ਤਾਂ। ਅਸੀਂ ਉਹਦੀ ਯਾਦ ਵਿੱਚ ਬੁੱਤ ਬਣਾ ਕੇ ਲਾ ਰਹੇ ਸਾਂਝੇ ਪਿੰਡ ਦੇ ਲੋਕ। ਤੁਸੀਂ ਸੁਣਿਆ ਲੋਕ ਕੀ ਆਖ ਰਹੇ ਨੇ। ਇਹ ਲੋਕ ਮੋਗਾ ਦੇ ਪਿੰਡ ਲੰਗੇਆਣਾ ਦੇ ਨੇ, ਜਿੱਥੇ ਬੀਤੇ ਦਿਨ ਫੌਜ ਦਾ ਮਿਗ 21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸ ਦੇ ਵਿੱਚ ਪਾਇਲਟ ਅਭਿਨਵ ਚੌਧਰੀ ਸ਼ਹੀਦ ਹੋ ਗਏ ਸਨ। ਪਿੰਡ ਵਾਲਿਆਂ ਨੇ ਸ਼ਹੀਦ ਦੇ ਘਰ ਜਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਪਿੰਡ ਦੇ ਵਿੱਚ ਸ਼ਹੀਦ ਲਈ ਪਾਠ ਆਰੰਭ ਕਰਵਾਇਆ। ਪਿੰਡ ਵਾਲਿਆਂ ਨੇ ਇਹ ਵੀ ਐਲਾਨ ਕੀਤਾ ਕਿ ਪਿੰਡ ਦੇ ਵਿੱਚ ਸ਼ਹੀਦ ਦਾ ਬੁੱਤ ਸਥਾਪਿਤ ਕਰਨਗੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸ਼ਹੀਦ ਨੇ ਪਿੰਡ 'ਤੇ ਇੱਕ ਵੱਡਾ ਅਹਿਸਾਨ ਕੀਤਾ ਹੈ, ਕਿਉਂਕਿ ਸ਼ਹੀਦ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਦੋ ਪਿੰਡਾਂ ਦੇ ਲੋਕਾਂ ਦੀ ਜਾਨ ਬਚਾਈ ਹੈ। ਕੀ ਕਹਿ ਰਹੇ ਨੇ ਇਸ ਪਿੰਡ ਦੇ ਲੋਕ, ਸੁਣੋ ਉਹਨਾਂ ਦੀ ਜ਼ੁਬਾਨੀ। ਉਹਦੀ ਸਾਰਾ ਪਿੰਡ ਸਾਡੇ ਨੂੰ ਬਚਾ ਕੇ ਉਹਨੇ ਆਪਦੀ ਜਾਨ ਕੁਰਬਾਨ ਕਰਤੀ ਹੈ। ਸਾਡੇ ਪਿੰਡ ਦੇ ਵਿੱਚ ਸਾਰੇ ਪਿੰਡ ਨੂੰ ਤਬਾਹ ਕਰ ਦਿੰਦਾ ਜੇ ਉਹ ਆਪ ਇੰਨੀ ਸੋਚ ਨਾ ਕਰਦਾ ਤਾਂ। ਅਸੀਂ ਉਹਦੀ ਯਾਦ ਵਿੱਚ ਬੁੱਤ ਬਣਾ ਕੇ ਲਾ ਰਹੇ ਸਾਂਝੇ ਪਿੰਡ ਵੱਲੋਂ, ਕਿਸੇ ਪਾਰਟੀ ਵੱਲੋਂ ਨਹੀਂ, ਨਾ ਪੰਚਾਇਤ ਵੱਲੋਂ, ਸਾਂਝੇ ਪਿੰਡ ਵੱਲੋਂ ਆਏ। ਪਰਿਵਾਰ ਵੇਖ ਕੇ ਹੀ ਮਨ ਖੁਸ਼ ਹੋ ਗਿਆ, ਜੋ ਉਹਦੇ ਨਾਲ ਹੱਡ ਬੀਤੀ ਸਾਡੀ, ਅਸੀਂ ਉਹਨਾਂ ਨੂੰ ਸਾਰੀ ਸੁਣਾਈ ਅਤੇ ਸਾਨੂੰ ਵੇਖ ਕੇ ਦੁੱਖ ਉਹਨਾਂ ਦਾ ਬਹੁਤ ਘੱਟ ਗਿਆ। ਸਰਕਾਰ ਤੋਂ ਮੰਗ ਕਰਾਂਗੇ ਜੇ ਹੈਲਪ ਕਰਤੀ ਤਾਂ ਵੀ ਠੀਕ ਹੈ, ਤਾਂ ਨਹੀਂ ਨਗਰ ਵੱਲੋਂ ਲਵਾਵਾਂਗੇ ਅਸੀਂ ਜੀ। ਇਸ ਕਰਕੇ ਸਾਡਾ ਪਹਿਲੀ ਗੱਲ ਆ ਜੀ, ਉਸ ਪਾਇਲਟ ਨੇ, ਠੀਕ ਹੈ, ਸਾਡਾ ਕੋਈ ਰਿਸ਼ਤਾ ਤਾਂ ਨਹੀਂ ਸੀ, ਸਾਨੂੰ ਐਂ ਲੱਗਦਾ ਰਿਸ਼ਤਾ ਸੀ, ਜਦੋਂ ਕਿ ਉਹ ਪਾਇਲਟ ਲੰਘਿਆ ਨਵਾਂ ਅਤੇ ਲੰਘਿਆ ਨਾ ਪੁਰਾਣਾ ਦੀ ਹੱਦ, ਅਤੇ ਉਹਨੇ ਦੋਨੇ ਪਿੰਡ ਬਚਾ ਕੇ ਉਹਨੇ ਜਾ ਕੇ ਆਪਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਅਤੇ ਉਹਨੇ ਆਪਦੇ ਸਾਡੇ ਪਿੰਡ ਲੋਕਾਂ ਦੀ ਜਾਨ ਬਚਾਈ। ਇਸ ਕਰਕੇ ਅਸੀਂ ਉਸਦਾ ਬਹੁਤ ਪਿੰਡ ਲੰਘਿਆ ਨਵਾਂ ਗ੍ਰਾਮ ਪੰਚਾਇਤ ਵੱਲੋਂ ਅਤੇ ਨੌਜਵਾਨਾਂ ਵੱਲੋਂ ਅਸੀਂ ਅੱਡੇ 'ਤੇ ਲਗਾ ਰਹੇ ਹਾਂ ਜੀ। ਹਰ ਸਾਲ ਉਹਦੀ ਯਾਦ ਵਿੱਚ ਤੁਸੀਂ ਯਾਦ ਰੱਖਾਂਗੇ। ਅਸੀਂ ਇੱਕ ਦੋ ਚੀਜ਼ ਕੋਈ ਸਰਕਾਰੀ ਬਿਲਡਿੰਗਾਂ ਬਣੀਆਂ, ਅਸੀਂ ਪਾਇਲਟ ਅਭਿਨਵ ਚੌਧਰੀ ਦਾ ਨਾਮ ਵੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੋ ਪਿਛਲੇ ਦਿਨ ਏਅਰਫੋਰਸ ਦਾ ਜਹਾਜ਼ ਸਾਡੇ ਪਿੰਡ ਲੰਘਿਆ ਨਾ ਪੁਰਾਣਾ ਵਿਖੇ ਹਾਦਸਾਗ੍ਰਸਤ ਹੋ ਗਿਆ ਸੀਗਾ, ਉਸ ਦੇ ਵਿੱਚ ਪਾਇਲਟ ਦੇ ਸਰੀਰ ਛੱਡ ਗਿਆ ਸੀਗਾ, ਉਸਦੀ ਰੂਹ ਦੀ ਸ਼ਾਂਤੀ ਵਾਸਤੇ ਨਗਰ ਦੀ ਪੰਚਾਇਤ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਉਹਦੀ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ 26 ਤਰੀਕ ਨੂੰ ਆਰੰਭ ਕੀਤੇ, ਜੋ 28 ਤਰੀਕ ਨੂੰ ਭੋਗ ਪਾਏ ਜਾਣਗੇ। ਸ਼ਹੀਦ ਵਾਕਿਆ ਹੀ ਕੌਮਾਂ ਦਾ ਸਰਮਾਇਆ ਹੁੰਦੇ ਨੇ। ਜੇਕਰ ਉਹਨਾਂ ਦੀ ਸੰਭਾਲ ਕਰਨੀ ਹੈ, ਜੇਕਰ ਉਹਨਾਂ ਨੂੰ ਆਉਂਦੀਆਂ ਪੀੜ੍ਹੀਆਂ ਤੱਕ ਯਾਦ ਰੱਖਣਾ ਤਾਂ ਫਿਰ ਉਹਨਾਂ ਦੇ ਲਈ ਕੋਈ ਨਾ ਕੋਈ ਯਾਦਗਾਰ ਵੀ ਬਣਾਉਣੀ ਪੈਂਦੀ ਹੈ। ਇਸ ਪਿੰਡ ਦੇ ਲੋਕ ਇਸ ਸ਼ਹੀਦ ਦਾ ਵੱਡਾ ਅਹਿਸਾਨ ਮੰਨ ਰਹੇ ਨੇ ਔਰ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਮਦਦ ਨਾ ਵੀ ਕੀਤੀ ਤਾਂ ਵੀ ਇਹ ਪਿੰਡ ਦੇ ਵਿੱਚ ਸ਼ਹੀਦ ਦਾ ਬੁੱਤ ਸਥਾਪਿਤ ਜ਼ਰੂਰ ਕਰਨਗੇ। ਮੋਗਾ ਤੋਂ ਗੁਰਦੇਵ ਭੰਮ ਦੀ ਰਿਪੋਰਟ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।